ਪੁਵਾ ਦਮਾਨ ਹੁਣ ਹੀ ਲੈ ਕੇ ਆਏ ਭਾਨੇ ਸਿੱਧੂ ਨੂੰ ਸਾਹਮਣੇ ਇਹਦਾ ਰੌਲਾ ਤਾਂ ਹੀ ਨਹੀਂ ਜਿਆਦਾ ਪਵਾਇਆ ਸੋ ਕਹੀ ਰੋ ਕਿੰਦਾ ਤਸਵੀਰਾਂ ਪੇਸ਼ ਕਰਕੇ ਕਹਿ ਰਹਾ ਵੀ ਭਾਨਾ ਇਹਨਾਂ ਦਾ ਹੀ ਆ ਭਾਨਾ ਸਿੱਧੂ ਤੇ ਝੂਠੇ ਪਰਚਿਆਂ ਨੂੰ ਚਲਦਿਆਂ ਲੱਖਾਂ ਸਿਧਾਨਾਂ ਤੇ ਕਿਸਾਨਾਂ ਚ ਅਤੇ ਬੰਦੀਆਂ ਵੱਲੋਂ 3 ਤਰੀਕ ਨੂੰ ਭਗਵੰਤ ਮਾਨ ਦੀ ਕੋਠੀ ਨੂੰ ਘੇਰਾ ਪਾਉਣ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਬਾਕੀ ਜਥੇਬੰਦੀਆਂ ਦੇ ਸਾਰੇ ਹੀ ਆਗੂ ਨજરਬੰਦ ਕਰ ਲਏ ਗਏ ਸਨ ਇੰਨਾ ਹੀ ਨਹੀਂ ਹੋਰ ਵੀ ਜਿਹੜੇ ਸਪੋਰਟਰ ਪਾਨਾ ਸਿੱਧੂ ਨੂੰ ਸਪੋਰਟ ਕਰਦੇ ਸਨ ਉਹਨਾਂ ਨੂੰ ਵੀ ਨજરਬੰਦ ਕਰ ਲਿਆ ਗਿਆ ਸੀ ਪਰ ਉੱਥੇ ਹੀ ਇਕੱਲਾ ਲੱਖਾ ਸਿਧਾਨਾ ਜੀ ਹਸੀ ਜਿਸ ਨੂੰ ਨજરਬੰਦ ਨਹੀਂ ਕੀਤਾ ਗਿਆ ਅਤੇ ਜਿਸ ਨੇ ਸੰਗਰੂਰ ਵਿਕੇ ਇਕੱਠ ਕੀਤਾ ਜਿਸ ਤੋਂ ਬਾਅਦ ਲੋਕ ਲੱਖਾ ਸਿਧਾਨਾ ਤੇ ਕਈ ਤਰ੍ਹਾਂ ਦੇ ਸਵਾਲ ਪੁੱਛ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਬਾਕੀ ਸਾਰੇ ਜਥੇਬੰਦੀਆਂ ਦੇ ਆਗੂਆਂ ਨੂੰ ਨજરਬੰਦ ਕਰ ਲਿਆ ਗਿਆ ਸੀ ਤਾਂ ਇਕੱਲਾ ਲੱਖਾ ਸਿਧਾਨਾ ਕਿਵੇਂ ਬਚ ਗਿਆ ਇਥੋਂ ਤੱਕ ਕਿ ਕਈਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਹ ਭਗਵੰਤ ਮਾਨ ਦਾ ਹੀ ਬੰਦਾ ਹੈ ਜਾਂ ਫਿਰ ਇਹ ਕਿਸੇ ਹੋਰ ਪਾਰਟੀ ਤੋਂ ਬਿਲੋਂਗ ਕਰਦਾ ਹੈ ਇਸੇ ਲਈ ਇਹ ਨજરਬੰਦ ਨਹੀਂ ਹੋਇਆ ਤਾਂ ਕਿ ਲੋਕ ਅੱਗੇ ਹੋ ਕੇ ਇਸ ਨੂੰ ਵੋਟਾਂ ਪਾ ਸਕਣ ਅਤੇ ਕਹਿਣ ਕਿ ਇਕੱਲਾ ਲੱਖਾ ਸਿਧਾਨਾ ਸੀ ਜਿਸ ਨੇ ਭਾਨੇ ਸਿੱਧੂ ਦੀ ਸਪੋਰਟ ਕੀਤੀ ਅਤੇ ਸਭ ਤੋਂ ਅੱਗੇ ਆਇਆ ਇਨਾ ਹੀ ਨਹੀਂ ਪਾਨਾ ਸਿੱਧੂ ਅਤੇ ਲਖੇ ਸਿਧਾਨੇ ਦੀਆਂ ਭਗਵੰਤ ਮਾਨ ਦੇ ਨਾਲ ਵੀ ਪਿਕਸ ਵਾਇਰਲ ਹੋ ਰਹੀਆਂ ਨੇ ਜਿਸ ਤੋਂ ਲੋਕ ਕਹਿ ਰਹੇ ਨੇ ਕਿ ਇਹ ਸਾਬਰ ਰਲੇ ਮਿਲੇ ਹੋਏ ਨੇ ਇਸ ਬਾਰੇ ਇਹਨਾਂ ਨੇ ਵੀ ਕਿਹਾ ਕਿ ਪਾਨਾ ਸਿੱਧੂ ਭਗਵੰਤ ਮਾਨ ਦਾ ਹੀ ਬੰਦਾ ਹੈ ਬਾਕੀ ਤੁਹਾਡਾ ਹਿਸਾਬ ਨਾਲ ਕੀ ਕਹਿਣਾ ਹੈ ਤੁਸੀਂ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਰੱਖਣੀ